ਅਸਲਾਮੁਆਲੇਕਮ ਦੋਸਤੋ ਕੀ ਹਾਲ ਹੈ ਅਜਾ ਫਿਰ ਆਦਰ ਹੋਇਆ ਤੁਹਾਡੇ ਨਾਲ ਬੱਚਿਆਂ ਦੀ ਫਾਰਮਿੰਗ ਲੈ ਕੇ ਤੇ ਬੜੇ ਭਰਾ ਬੱਚਿਆਂ ਨੂੰ ਪਸੰਦ ਕਰ ਰਹੇ ਸਨ ਤੇ ਪੁੱਛ ਰਹੇ ਸਨ ਕਿੰਨਾ ਵਜ਼ਨ ਹੈ ਕੀ ਹਿਸਾਬ ਹੈ ਤੁਹਾਨੂੰ ਮਜ਼ੀਦ ਚੈਨਲ ਸਾਰੀ ਇਨਫੋਰਮੇਸ਼ਨ ਆ ਦਿੰਨੇ ਆ ਕਿੰਨੇ ਤੋਂ ਕਿੰਨੇ ਪਰਚੇਸ ਕੀਤੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਦੋਸਤੋ ਚੈਨਲ ਲਾਈਕ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਡੀਓ ਪੂਰੀ ਵੇਖਿਆ ਕਰੋ ਦੋਸਤੋ 5 ਮਿੰਟ ਦੀ ਵੀਡੀਓ ਹੁੰਦੀ ਹੈ ਤੇ ਵੀਡੀਓ ਫੁੱਲ ਵੇਖਿਆ ਕਰੋ ਵਿੱਚ ਬੜੀਆਂ ਮਜ਼ੀਦ ਤੁਹਾਨੂੰ ਕੰਮ ਦੀ ਇਨਫੋਰਮੇਸ਼ਨ ਮਿਲੇਗੀ ਤੇ ਦੋਸਤੋ ਵੀਡੀਓ ਸ਼ੁਰੂ ਕਰਨੇ ਆ ਦੋਸਤੋ ਇਹ 44 ਬੱਚੇ ਨੇ ਤੁਹਾਡੇ ਸਾਹਮਣੇ ਚੈੱਕ ਕਰ ਸਕਦੇ ਹੋ ਸਾਰੇ ਬਿਹਤਰੀਨ ਕੋਈ ਕਮਜ਼ੋਰ ਜਾਨਵਰ ਨਹੀਂ بڑے ਭਰਾ ਵੀ ਪੁੱਛਣਗੇ ਪਰਚੇਸ ਕੀਤੀ ਕਿ ਤੇਰੇ ਤੇ ਵੀ ਤੁਹਾਨੂੰ ਦੱਸ ਦਿੰਨੇ ਆ ਐਸਾ ਕਿਤੇ ਨੇ ਮਲਤਾਨ ਮਲਤਾਨ ਨੂੰ ਤੇ ਚੌਕ ਆਜ਼ਮ ਲਈਆ ਮੰਡੀ ਤੋਂ ਉਥੋਂ ਲਈਆ ਚੌਕ ਆਜ਼ਮ ਮੰਡੀ ਤੋਂ ਤੇ ਬਿਹਤਰੀਨ ਜਾਨਵਰ ਨੇ 2 ਮੰਨ 3 ਮੰਨ 4.5 ਮੰਨ 3 ਮੰਨ 4 ਮੰਨ ਇੰਜ ਜਾਨਵਰ ਨੇ ਸਾਰੇ ਨਾ ਵਜ਼ਨ ਜਿਹੜਾ ਸਾਫੀ ਵਜ਼ਨ ਗੋਸ਼ ਦਾ ਇੰਜ 8 ਮਨ 7 ਮਨ ਜਿਹੜਾ ਮੁਕੰਮਲ ਵਜ਼ਨ ਇਹਨਾਂ ਦਾ 7 ਮਨ 6 ਮਨ 8 ਮਨ ਕੋਈ 9 ਮਨ ਦਾ ਵੀ ਹੈ ਤੇ ਅੱਧ ਵਦਰੇ ਸ਼ੋਹਂਦੀ ਇਹਨਾਂ ਦੀ ਗੋਸ਼ ਦੀ ਬੜੇ ਭਰਾ ਹੀ ਪੁੱਛ ਰਹੇ ਸਨ ਕਿ ਗੋਸ਼ ਦਾ ਕੀ ਹਿਸਾਬ ਕਿੰਨੀ ਐਵਰੇਜ ਨਿਕਲਦੀ ਹੈ ਉਹ ਦੋਸਤੋ ਇਹ ਵੀ ਸਵਾਲ ਅਜ ਦੱਸ ਦਿੰਨੇ ਆ ਇਹਦੀ 50% ਹੁੰਦੀ ਹੈ ਗੋਸ਼ ਦੀ ਅੱਧ ਵਦ ਗੋਸ਼ਤ ਹੁੰਦਾ ਤੇ ਜਿਹੜੇ ਨੇ ਮਾਲ ਹਰੀਦਣ ਵਾਲੇ ਉਹ ਫਿਰ ਆਪਣਿਆਂ ਨੂੰ ਕਾਠੇ ਕਰਾਉਂਦੇ ਨੇ ਤੇ ਅਸਾਂ ਆਪ ਲਾਈ ਵੇਟ ਕਰਕੇ ਜਾਨਵਰ ਜਿਵਾ ਕਰਕੇ ਚੈੱਕ ਕੀਤੇ ਆ 50 ਫੀਸਰ ਦੀ ਗੋਸ਼ਤ ਹੁੰਦਾ ਦਾ ਤੇ ਬਾਕੀ 50 ਫੀਸਰ ਖਲ ਵਗੈਰਾ ਇਹਦੇ ਸ਼ਾਵਾਂ ਤੇ ਜਿਹੜੇ ਨੇ ਸਲੱਟਰ ਹਾਊਸ ਵਾਲੇ ਉਹ 47 48% ਕਟੋਤੀ ਕਰਦੇ ਨੇ ਜਿਹੜੀ ਭਾਈ ਗੋਸ਼ਤ ਹੈ ਭਾਈ 47 48% ਦੱਸਦੇ ਨੇ ਇਹ 50% ਪੂਰੀ ਹੁੰਦਾ ਉਹਨੇ ਬਸ ਡਿਮਾਂਡਾਂ ਪੂਰੀਆਂ ਕਰੀਏ ਤਾਂਕਾ ਬੜੇ ਭਰਾ ਭਾਵੇਂ ਮਾਲੇ ਸੇਲ ਕਿੱਥੇ ਕਰ ਰਹੇ ਆ ਉਸ ਬੱਚਿਆਂ ਦਾ ਮਾਲ ਆਪ ਪਾਇਆ ਈ ਦਾ ਤੇ ਆ ਸਾਡੇ ਆਪਣੇ ਇਲਾਕੇ ਜੀ ਸੇਲ ਹੋਵੇਗਾ ਇਹਦੀ ਵੀ ਤੁਹਾਨੂੰ ਡੇਲੀ ਡੇਲੀ ਇਨਫੋਰਮੇਸ਼ਨ ਦਿਆਂ ਗਰੋਥ ਦੀ ਕੀ ਖਾ ਰਹੇ ਕੀ ਰਾ ਕਰ ਰਹੇ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਬਿਹਤਰੀਨ ਦੇ ਆਰਾਮ ਕਰ ਰਹੇ ਨੇ ਬਾਹਰ ਬਾੜੇ ਬੈਠੇ ਨੇ ਸਵੇਰ ਦਾ ਟਾਈਮ ਹੈ ਤੇ ਸਫਾਈ ਇੱਕ ਦੋਸਤੋ ਖਾਸ ਧਿਆਨ ਰੱਖਣਾ ਦਾ ਜਾਨਵਰ ਸਾਫ਼ ਤੇ ਰਹਿਣ ਵਾਲਾ ਜਾਨਵਰ ਤੇ ਜਾਨਵਰ ਮੂਸਕ ਬੜਾ ਕਰਦਾ ਹੈਲਾ ਕਟਿਆਂ ਨੂੰ ਮੂਸਕ ਬੜੀ ਕਰਦਾ ਹੈ ਤੇ ਇਹਨਾਂ ਨੂੰ ਕਟਿਆਂ ਦਾ ਜ਼ਰਾ ਸਾਫ਼ ਜ਼ਿਆਦਾ ਮਹੌਲ ਚਾਹੀਦਾ ਹੁੰਦਾ ਤੇ ਖੁਰਾਕ ਦੇ ਹਿਸਾਬ ਨਾਲ ਲਾਈਏ ਤੇ ਇਹਨਾਂ ਨੂੰ ਵੀ ਅਸੀਂ ਤੂੜੀ ਤੇ ਸੈਲਜ ਪਾ ਰਹੇ ਆ ਸੈਲਜ ਸਾਡਾ ਆਪਣਾ ਅਸੀਂ ਆਪ ਉਗਾਇਆ ਖੁੱਲ੍ਹ ਤਸੱਲੀ ਦੇ ਨਾਲ ਤੇ ਬਿਹਤਰੀਨ ਬਗਾਈ ਹੈ ਜੇ ਤੁਸੀਂ ਚੈੱਕ ਕਰੋਗੇ ਤੁਹਾਨੂੰ ਸੈਲਜ ਵੀ ਸੈਲਜ ਦੇ ਵਿੱਚ ਦਾਣੇ-ਦਾਣਾ ਤੇ ਬੜੇ ਭਾਈਪੋ ਜਿਹਰੇ ਸੰ ਸੈਲਜ ਕਿੰਨੇ ਮਾਸ਼ੂਕਦਾ ਹੈ ਸੈਲਜ ਦੋਸਤੋ 75 ਤੋਂ ਸੀ ਦਿਨ ਲਾ ਜਾਂਦਾ ਤੇ ਇਹਦੇ ਮੁਤਲਕ ਹੋਰ ਇਨਫੋਰਮੇਸ਼ਨ ਲੈਣੇ ਵਾਸਤੇ ਸਾਡੇ ਨਾਲ ਥੱਲੇ ਕਮੈਂਟ ਕਰੋ ਤੇ ਤੁਹਾਨੂੰ ਅਦੀ ਵੀਡੀਓ ਬਣਾ ਕੇ ਭੇਜਾਂਗੇ ਸਾਲੇ ਕਿੰਜ ਬਣਾਇਆ ਸਾ ਤੇ ਕਿੰਜ ਆ ਭਾਈ ਸਾਨੂੰ ਕਿੰਨੇ ਦਾ ਪੈਸੇ ਦਾ ਪਿਆ ਫੁੱਲ ਤੇ ਬੱਚੇ ਦਾ 70000 ਤੋਂ ਲੈ ਕੇ 120000 ਤੱਕ ਪਰਚੇਸ ਕੀਤੇ ਨੇ ਟੋਟਲੀ ਉਹ ਮੰਡੀ ਆ ਕੋਈ ਮੰਡੀ ਮੰਡੀ ਸੀ ਕੋਈ ਚੰਗੀ ਮੰਡੀ ਸੀ ਇੰਜ ਰੇਟ ਉਤੇ ਥੱਲੇ ਕਰ ਕਰ ਕੇ ਸਾਰੇ ਹਰੀਦੇ ਨੇ ਦੋਸਤੋ ਤੇ ਓਨ ਮਾਸ਼ਾਅੱਲਾ ਸਾਰੇ ਸੋਹੇ ਨੇ ਰੱਖਿਆ तकरीबन 15 ਦਿਨ ਹੋ ਚਲੇ ਨੇ 15 ਤੋਂ 20 ਦਿਨ ਹੋ ਚਲੇ ਨੇ ਤੇ ਇਹ ਬਾੜਵਾੜਾ ਅਵੇ ਬੱਜਾ ਨਾਲ ਰਹੀ ਐ ਇੱਕ ਤਾਂ ਸਫਾਈ ਵਾਸਤੇ ਦੂਜਾ ਪਾਣੀ ਛਾਏ ਦਾ ਨਿਜ਼ਾਮ ਵਾਸਤੇ ਤੇ ਬੜਾ ਭਰਾ ਪੁੱਛਣਾ ਪਾਣੀ ਦਾ ਕੀ ਨਿਜ਼ਾਮ ਹੈ ਦੋਸਤੋ ਹਸਦਾ ਤੁਸੀਂ ਚੈੱਕ ਕਰ ਸਕਦੇ ਹੋ ਇਹ ਪਾਣੀ ਦਾ ਹੋਦਾ ਬਣਿਆ ਸਰ ਤੇ ਐਨ ਜੀਓ ਸਾਹਮਣੇ ਆਪੋਜ਼ਿਟ ਸਾਈਡ ਤੇ ਹੋਦਾ ਬਣਿਆ ਤੇ ਹੁਰਾ ਗਏ ਨੇ ਥੋੜੀ ਸਾਲ ਜੇ ਇਹਨਾਂ ਨੂੰ ਵੀ ਅਗੇ ਮਜ਼ੀਦ ਸਰਦੀਆਂ 'ਚ ਵੰਡਾ ਲਾਣਾ ਸਾ ਅਧਿਆਲੇ ਕੋਈ ਵੀ ਇਹਨੂੰ ਵੰਡਾ ਨੂੰ ਸ਼ੁਰੂ ਸਟਾਰਟ ਕਰ ਦੇਗਾ ਤਾਂ ਸਵਾਮੀ ਨਾ ਚੜ ਲੈਣਦੇ ਹੋ ਜਦੋਂ ਸਵੇਰੇ ਐਂਡ ਦੇ ਇਸ ਦਰਮਿਆਨ ਜਿਵੇਂ ਬੰਦਾ ਨਾ ਸ਼ੁਰੂ ਕਰ ਦੇਣਾ ਤੇ ਦੋਸਤੋ ਚੈਨਲ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਬੱਚਿਆਂ ਦੀ ਬਿਮਾਰੀ ਦੇ ਮੁਤਲਕ ਸਾਰਿਆਂ ਨੂੰ ਅਸੀਂ ਵੈਕਸੀਨ ਲਵਾਈਆਂ ਨੇ ਅਜ਼ੀਜ਼ ਡਾਕਟਰ ਹਰ ਹਫ਼ਤੇ ਸਾਡੇ ਇਤਫਾਮ ਤੇ ਆਉਂਦਾ ਹੈ ਹਰ ਹਫ਼ਤੇ ਨਾ ਇਹ ਜਾਂਚ ਪਰਖਾਲ ਕਰਦਾ ਇੱਕ ਇੱਕ ਜਾਨਵਰ ਖਲੋਗ ਚੈੱਕ ਕਰਾਈਦਾ ਕੋਲ ਇਹਨਾਂ ਦੇ ਡਾਕਟਰ ਵੀ ਤੇ ਬੜੇ ਭਰਾ ਹਦਿਆਂ ਮੈਡੀਸਨ ਦਾ ਖਰਚਾ ਬੜਾ ਦੋ ਦੋਸਤੋ ਕੋਈ ਖਰਚਾ ਨਹੀਂ ਆ ਹੁਣ ਤੁਹਾਡੇ ਸਾਹਮਣੇ 44 ਜਰਮਨ ਨੇ ਇਹ 4500 ਦੀ ਵੈਕਸੀਨ ਕਰਾਈ ਸਾਰਿਆਂ ਦੀ ਤੇ ਇੱਕ ਹੋਰ ਵੈਕਸੀਨ ਕਰਾਈ ਉਹ ਵੀ ਕੋਈ ਇੰਨੇ ਦੀ ਕਰਾਈ 6000 ਦੇ ਕੁਝ ਰੁਪਈਆ ਦੀ ਤੇ ਉਹ ਡਾਕਟਰ ਸਾਡਾ ਆਪਣਾ ਹੀ ਗੱਲ ਆ ਵਸਲ ਤੇ ਹਰ ਚਾਹ ਵੈਕਸੀਨ ਦਾ ਕੋਈ ਜਾਨਵਰ ਵੈਕਸੀਨ ਜ਼ਰੂਰ ਕਰਾਣੀ ਚਾਹੀਦੀ ਤੇ ਜੇ ਜਾਨਵਰ ਤੁਹਾਨੂੰ ਥੋੜਾ ਮਾੜਾ ਲੱਗੇ ਉਹਨੂੰ ਡਾਕਟਰਾਂ ਕੋਲ ਚੈੱਕ ਕਰਾਓ ਬਿਮਾਰ ਲੱਗੇ ਚੈੱਕ ਕਰਾਓ ਜ਼ਰੂਰ ਤੇ ਉਹ ਸਾਹਮਣੇ ਦੋਸਤੋ ਸੈਲਜ ਸਾਰੇ ਤਰ ਪਾਰਾਂ ਦੇਖੋ ਤੇ ਛਾਪਰ ਦਿੱਤੇ ਆ ਫੁੱਲ ਪੈਕਿੱਤੇ ਆ ਦੋਸਤੋ ਤੇ ਬਾੜੇ ਦੀ ਲੰਬਾਈ ਦੋਸਤੋ ਬੜੀ ਪਛਰੇ ਸੰ ਭਰਾ ਤੇ 40 ਫੁੱਟ ਚੌੜਾ ਤੇ 50 ਫੁੱਟ ਲੰਬਾ ਜੇ ਤੇ ਅੰਦਰਲੇ ਜਿਹੜਾ ਵੇ ਅੰਦਰਲਾ 16 ਫੁੱਟ ਦੇ ਗਾਰਡਨ ਨੇ 16 ਫੁੱਟੀ ਤੇ ਲੰਬਾ ਜੇ 100 ਫੁੱਟ ਪੂਰਾ ਬਰਾਂਡਾ ਜਿਹੜਾ ਇਹਨਾਂ ਦਾ ਤੇ ਉਹ ਕਟਿਆਂ ਵਾਲਾ ਸਾਹਮਣਾ ਉਹ ਦੋਸਤੋ 100 ਤੇ 20 ਫੁੱਟ ਲੰਬਾ ਇਹਦੇ 7 ਕਮਰੇ ਨੇ ਇਹਦੇ 6 ਕਮਰੇ ਉਹਦੇ 7 ਕਮਰੇ ਨੇ ਦੋਸਤੋ ਤੇ مزید ਉਹ ਸਿਰਫ ਵਰਾਂਡੇ ਜਿਹਾ ਫਲਾਗ ਪਾੜਾ ਤੇ ਕਿਸੇ ਭਰਾ ਕਿਸੇ ਕਿਸਮ ਦੀ ਇਨਫੋਰਮੇਸ਼ਨ ਲੈਣੀ ਹੋਵੇ ਕੋਈ ਕੋ ਬੱਚਾ ਬੱਚਾ ਲੈ ਖਰੀਦਣਾ ਹੋਵੇ ਇਹ ਹਾਲਾਂਕਿ ਇਹ ਦਾ ਮਾਰ ਖਰੀਦਣਾ ਹੋਵੇ ਐਡਵਾਂਸ ਬੁਕਿੰਗ ਕਰਨ ਨਾਲ ਬੰਦਾ ਰਾਬਤਾ ਕਰੇ ਐਡਵਾਂਸ ਬੁਕਿੰਗ ਰਹਿਤ ਕਰਾਂਗੇ ਉਹਨਾਂ ਬੜੇ ਬਿਹਤਰੀਨ ਸਬਸਕ੍ਰਾਈਬਰਾਂ ਨੂੰ ਅਸੀਂ ਜ਼ਰੂਰ ਰਹਿਤ ਕਰਾਂਗੇ ਤੇ ਚੈਨਲ ਲਾਈਕ ਸਬਸਕ੍ਰਾਈਬ ਕਰਦੇ ਦੋਸਤੋ I love it.